ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੇ ਅਟਲ ਵਚਨ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਖਾਲਸਾ ਜੀ, ਮੈਂ ਤੁਹਾਨੂੰ ਆਪਣਾ ਰੂਪ ਤੇ ਆਪਣਾ ਤੇਜ ਦੇ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਖਾਲਸਾ ਜੀ, ਗੁਰੂ ਸਾਹਿਬ ਸੱਚੇ ਪਿਤਾ ਉੱਥੇ ਖੁਦ ਹਾਜ਼ਰ ਨਾਜ਼ਰ ਹੁੰਦੇ ਆ, ਜਿੱਥੇ ਗੁਰੂ ਸਾਹਿਬ ਦੇ ਬਾਣੇ ਵਿੱਚ ਫਬੇ ਪੰਜ ਪਿਆਰੇ ਤੇ ਸਿੱਖ ਸੰਗਤਾਂ ਰਲ ਕੇ ਇਹ ਧਾਰਨਾ ਪੜਦੀਆਂ। ਜਕਾਰੇ ਲਾਉਂਦੇ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ, ਗੱਜ ਗੱਜ ਸਿੰਘ।
ਪਾਪੀ ਜ਼ਾਲਮ ਮੰਨ ਕੇ ਹਾਰਾ ਪਾਪੀ ਜ਼ਾਲਮ ਮੰਨ ਕੇ ਹਾਰਾ ਚਰਨੀ ਡਿੱਗਿਆ ਬਾਈ ਧਾਰਾ ਚਰਨੀ ਡਿੱਗਿਆ ਓ ਬਾਈ ਧਾਰਾ ਮਿੱਟੀ ਤੋਂ ਸੋਨਾ ਬਣ ਜਾਂਦਾ ਮਿੱਟੀ ਤੋਂ ਸੋਨਾ ਬਣ ਜਾਂਦਾ ਜੋ ਨਜ਼ਰੀ ਚੜ ਜਾਏ ਚਮਕਾਰੇ ਪੈਂਦੇ ਜਿਗਰਾਂ ਦੇ ਜਦ ਉਸਨੇ ਗੁਰੂ ਜੀ ਆਏ ਚਮਕਾਰੇ ਪੈਂਦੇ ਬੇਨਤੀ ਕਰਦਾ ਹੈ ਸਿੱਖਾ ਧੰਨ ਗੁਰੂ ਨਾਨਕ ਜੀ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਪਰ ਤੇਰਾ ਅੰਮ੍ਰਿਤ ਵੇਲਾ ਗੁਆਚ ਨਾ ਜਾਏ ਤੈਨੂੰ ਇੰਨੀ ਗੂੜੀ ਨੀਂਦ ਨੇ ਦਬੋਚ ਲਿਆ ਤੂੰ ਕਿਉਂ ਗਾਫਲ ਹੋ ਗਿਆ ਉੱਠ ਤਿਆਗ ਦੇ ਅਰਸਾ ਸੁਣ ਸਾਹਿਬਾਂ ਦੀ ਬਾਣੀ ਦੁੱਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਜੇ ਦਰਸ਼ਨ ਕਰਨੇ ਹੈ ਤੇ ਸਾਹਿਬਾਂ ਦੇ ਜੇ ਕੁਝ ਸੁਣਨਾ ਹੈ ਤੇ ਤੁਰਕੀ ਬਾਣੀ ਆ ਸਿੱਖਾ ਗੁਰੂ ਘਰ ਦੇ ਵਿੱਚ ਮਿੱਠੀਆਂ ਬਾਣੀ ਦੀਆਂ ਧੁਨਾਂ ਦਾ ਆ ਕੇ ਆਨੰਦ ਲੈ ਲੈ ਜਾਗਦਾ
ਬਾਣੀ ਦਾ ਤੀਰ ਜਿਸ ਨੂੰ ਵੀ ਲੱਗਿਆ ਉਹ ਭਵ ਸਾਗਰ ਤੋਂ ਪਾਰ ਹੋ ਗਿਆ। ਬਾਣੀ ਸੁਣ ਕੇ ਸੱਜਣ ਠੱਗ ਸੱਜਣ ਬਣ ਗਿਆ, ਕੌਡਾ ਰਾਕਸ਼ ਦੇਵਤਾ ਹੋ ਗਿਆ। ਬਾਣੀ ਨੇ ਬਲੀ ਕੰਧਾਰੀ ਦਾ ਹੰਕਾਰ ਤੋੜ ਦਿੱਤਾ, ਰੀਠੇ ਮਿੱਠੇ ਕਰ ਦਿੱਤੇ, ਪੱਥਰ ਪੂਜਣ ਯੋਗ ਬਣ ਗਏ। ਜੇ ਬੰਦ ਬੰਦ ਕਟਵਾਇਆ ਬਾਣੀ ਪੜਨ ਵਾਲਿਆਂ ਨੇ, ਜੇ ਚਰਕਣੀਆਂ ਤੇ ਚੜੇ ਤੇ ਬਾਣੀ ਪੜਨ ਵਾਲੇ ਆਲੇ ਨਾਲ ਚੀਰੇ ਦੇਗਾਂ ਚ ਉਬਾਲੇ ਤਾਂ ਬਾਣੀ ਪੜਨ ਵਾਲੇ, ਜੇ ਕਾਬਲ ਦੀਆਂ ਕੰਧਾਂ ਹਿਲਾਈਆਂ ਤੇ ਬਾਣੀ ਪੜਨ ਵਾਲਿਆਂ ਨੇ, ਸਤਿਗੁਰੂ ਚੈਨਸ਼ਾਹ ਦੀ ਬਾਣੀ ਸੁਣ ਕੇ ਕੋੜੀਆਂ ਦੇ ਕੋੜ ਚੜ ਜਾਂਦੇ ਹੈ ਤੇ ਸਿੱਖ ਸ਼ਰਧਾ ਨਾਲ ਆ ਕੁਝ ਕਹਿੰਦਾ ਹੈ। ਭੁੱਲਿਆ ਤੇਰੇ ਦੱਸੇ ਹੋਏ ਮਾਰਗਾਂ ਨੂੰ ਭੁੱਲਿਆ।
ਪਿਆਰਿਆਂ ਦੇ ਯਾਰ ਗੁਰੂ ਨਾਨਕ ਦੇਵ ਸਦਾ ਸੋਚਦੇ ਰਹਿੰਦੇ ਕਿ ਪਾਪਾਂ ਦੇ ਬਲਦੇ ਭਾਂਬੜਾਂ ਨੂੰ ਕਿਵੇਂ ਸ਼ਾਂਤ ਕੀਤਾ ਜਾਵੇ। ਪਰ ਪਿਤਾ ਕਲਿਆਣ ਚੰਦ ਜੀ ਬਾਲ ਗੁਰੂ ਜੀ ਨੂੰ ਬਿਮਾਰ ਸਮਝ ਕੇ ਵੈਦ ਬੁਲਾ ਲਿਆਏ। ਵੈਦ ਬੁਲਾਇਆ, ਵੈਦ ਜੀ ਪਕੜੀ ਟੰਡੋਲੇ ਬਾਹੇ ਕੋੜਾ ਵੈਦ ਨਾ ਜਾਣੀ ਕੱਕ ਕਲੇਜੇ ਮਾਹੇ। ਵੈਦ ਨੇ ਵਿਹੜੇ ਵਿੱਚ ਪਏ ਗੁਰਾਂ ਦੀ ਨਬਜ਼ ਵੇਖੀ ਤਾਂ ਸਤਿਗੁਰੂ ਵੈਦ ਨੂੰ ਆਹ ਗੱਲ ਕਹਿਣ ਲੱਗੇ ਆ।
ਜੀ ਜੋ ਮੁੱਝ ਗਰੀਬ ਕੋਲ ਸੀ ਮੈਂ ਪੰਥ ਤੋਂ ਵਾਰ ਦਿੱਤਾ। ਬਚਪਨ ਵਿੱਚ ਪਿਤਾ ਵਾਰਿਆ, ਆਨੰਦਾਂ ਦੀ ਪੂਰੀ ਛੱਡ ਦਿੱਤੀ। ਰੱਬ ਵਰਗੀ ਮਾਂ ਜਿਸਨੇ ਆਪਣੀ ਛਾਤੀ ਤੋਂ ਬਾਅਦ 31 ਸਾਲ ਅਕਾਲ ਪੁਰਖ ਦੀ ਬੰਦਗੀ ਕੀਤੀ, 34 ਸਾਲ ਬਾਅਦ ਮੇਰਾ ਮੁੱਖ ਵੇਖਿਆ, ਮੈਂ ਉਹ ਵੀ ਖਾਲਸਾ ਜੀ ਤੇਰੇ ਤੋਂ ਵਾਰ ਦਿੱਤੀ। ਅਕਾਲ ਪੁਰਖ ਨੇ 4 ਪੁੱਤਰ ਦਿੱਤੇ ਸੀ, ਜੋੜਾ ਜੋੜਾ ਕਰਕੇ ਉਹ ਵੀ ਭੇਟਾ ਕਰ ਦਿੱਤੇ। ਆਪਣਾ ਮੈਂ ਕੁਝ ਵੀ ਲੁਕੋ ਕੇ ਨਹੀਂ ਰੱਖਿਆ, ਤਾਜ ਤਖਤ ਕਲਗੀ ਤੋੜਾ ਉਹ ਵੀ ਪੰਥ ਨੂੰ ਸੌਂਪ ਦਿੱਤੇ ਅਤੇ ਕਿਹਾ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ, ਦੇਊ ਮੈਂ ਸਾਰਾ ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਪਰ ਅੱਜ ਖਾਲਸਾ ਗੁਰੂ ਸਾਹਿਬਾਂ ਦੇ ਬਚਨਾਂ ਨੂੰ ਭੁੱਲ ਗਿਆ ਵੇਖ ਕੇ ਢਾਡੀ ਜਥਾ ਇੰਜ ਪੁਕਾਰ ਕਰ ਰਿਹਾ ਹੈ। ਸੋਨੇ ਸ਼ਾਹ ਸਵਾਰਾ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਨ ਲੱਗਿਆ, ਜਿਹਨੇ 1,45,000 ਮੁਰੱਬਾ ਮੀਲ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚੁਲਾ ਦਿੱਤਾ, ਜਿਹ ਤੋਂ ਕਾਬਲ ਦੀਆਂ ਕੰਧਾਂ ਕੰਬਦੀਆਂ ਸੀ। ਜਦੋਂ ਸੂਰਜ ਛਿਪ ਜਾਵੇ ਤੇ ਦੀਵਾ ਪ੍ਰਧਾਨ ਬਣ ਜਾਂਦਾ ਹੈ। ਡਾਕਟਰ ਹਰਨਾਮ ਸਿੰਘ ਛਾਨ ਨੇ ਇੱਕ ਗੱਲ ਲਿਖੀ ਹੈ, ਗੱਜਦਾ ਲਾਹੌਰ ਵਿੱਚ ਕੰਬਦਾ ਨੇਪਾਲ ਚੀਨ ਪੰਜਾਂ ਦਰਿਆਵਾਂ ਦਾ ਸੀ ਮਨ ਰਣਜੀਤ ਸਿੰਘ ਜਿੱਤ ਕੇ ਪਸੌਰ ਜਿਸ ਕਾਬਲ ਨਾ ਕਾਬਲ ਕੀਤਾ ਕਦੇ ਨਾ ਪੰਜਾਬ ਨੇ ਭੁਲਾਣਾ। ਰਣਜੀਤ ਸਿੰਘ ਖੱਕੜੀ ਦੀ ਫਾੜੀਆਂ ਦੇ ਵਾਂਗ ਪਾਟੀ ਕੌਮ ਸਾਰੀ ਇੱਕੋ ਲੜੀ ਵਿੱਚ ਤਾਂ ਪਰੋਇਆ। ਰਣਜੀਤ ਸਿੰਘ ਮੋਇਆ ਰਣਜੀਤ ਨਹੀਂ ਸੀ, ਹੋਇਆ ਪੰਜਾਬ ਰੰਡਾ। ਤਾਈਓ ਲੋਕੀ ਕੂਕਦੇ ਜਾਂ ਮੋਇਆ ਰਣਜੀਤ ਸਿੰਘ। ਇੱਕ ਸ਼ਾਇਰ ਕਹਿੰਦਾ ਏ, ਕਿੱਥੇ ਸੌਂ ਗਿਆ ਲੰਬੀਆਂ ਤਾਣ ਕੇ ਤੂੰ, ਬਿਜਲੀਆਂ ਆਪਣੀਆਂ ਕੌਮ ਤੇ ਵਰਦੀਆਂ ਨੇ, ਕਦੋਂ ਚਮਕੇਗਾ ਪੰਜਾਬ ਦਿਆ ਸੂਰਜਾ ਓਏ। ਉਹ ਤੇਰੀ ਰੀਸ ਮੋਮਬੱਤੀਆਂ ਕਰਦੀਆਂ ਨੇ, ਅਲਬੇਲੇ ਦਾ ਢਾਡੀ ਜਥਾ ਪਰ ਇੰਜ ਕਹਿਣ ਲੱਗਿਆ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਕਹਿੰਦੇ ਉਹ ਕਿਹੜੀ ਸ਼ਕਤੀ ਸੀ, ਇੱਕ ਪਾਸੇ ਭਾਰਤ ਦੀ ਬਾਦਸ਼ਾਹੀ, ਦੂਸਰੇ ਪਾਸੇ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ 'ਚ ਰਹਿਣ ਵਾਲਾ ਇੱਕ ਫਕੀਰ ਜਿਸਨੇ ਜ਼ੁਲਮ ਦੀਆਂ ਜੜ੍ਹਾਂ ਹਿਲਾਈਆਂ ਹੀ ਨਹੀਂ ਬਲਕਿ ਪੁੱਟ ਕੇ ਪੁੱਠੀਆਂ ਕਰ ਦਿੱਤੀਆਂ। ਦੁਨੀਆਂ ਭਰ ਦੇ ਸ਼ਹਿਰਾਂ ਦੇ ਹੱਥਾਂ 'ਚ ਕਲਮਾਂ ਚਲੀਆਂ ਗਈਆਂ, ਕਿਸੇ ਨੇ ਦਰਿਆਵਾਂ ਦਾ ਯਾਰ ਲਿਖਿਆ, ਕੋਈ ਬਾਦਸ਼ਾਹ ਦਰਵੇਸ਼ ਕਹਿੰਦਾ ਏ, ਸੰਤ ਫਕੀਰ ਦਾਨੀ ਜੁਗ ਪੁਰਸ਼ ਸਾਹਿਬੇ ਕਮਾਲ ਮੁਕਤੀ ਦਾ ਦਾਤਾ ਹੇਮ ਕੁੰਟ ਵਾਸੀ ਦੇ ਚਰਨਾਂ ਵਿੱਚ ਗਿਆਨੀ ਬਖਸ਼ੀਸ਼ ਸਿੰਘ ਜੀ ਦਿਆਲਪੁਰੀ ਦੀਆਂ ਲਿਖੀਆਂ ਕੁਝ ਲੈਣਾ ਨੂੰ ਗੁਰਬਖਸ਼ ਸਿੰਘ ਲਬੇਲੇ ਦਾ ਢਾਡੀ ਜਥਾ ਇੰਜ ਬੇਨਤੀ ਕਰਦਾ ਹੈ। ਸ਼ਿਕਾਰ ਪਿਆਰੇ ਗੁਰੂ ਬਾਜਾ ਵਾਲੇ।
ਖੜਕਣ ਚੁੱਲੇ ਨਿਸ਼ਾਨ ਸੁਨਹਿਰੀ ਚੌਰ ਹੋਣ ਤੇ ਧੌਸੇ ਖੜਕਣ ਚੁੱਲੇ ਨਿਸ਼ਾਨ ਸੁਨਹਿਰੀ ਚੰਨ ਬਾਣੀ ਦਾ ਚੜਾ ਤਾਂ ਹਨੇਰਾ ਪਾਪਾ ਦਾ ਮਟਾਤਾ ਚੰਨ ਬਾਣੀ ਦਾ ਚੜਾ ਤਾਂ ਹਨੇਰਾ